ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮਿਸ਼ਨ 70% ਦੀ ਆਨਲਾਈਨ ਤਿਆਰੀ ਦੇ ਵਿੱਚ ਜਿਸ ਦੇ ਵਿੱਚ ਅੱਜ ਅਸੀਂ ਕਰਾਂਗੇ ਜਮਾਤ ਦੂਜੀ ਵਿਸ਼ਾ ਗਣਿਤ ਦੀ ਪਾਠ ਪੁਸਤਕ ਗਣਿਤ ਦੀ ਦੁਨੀਆ ਦਾ ਪੰਨਾ ਨੰਬਰ 120 ਦੀ ਦੁਹਰਾਈ ਜਿਸ ਦੇ ਵਿੱਚ ਅੱਜ ਅਸੀਂ ਲਟਕਣ ਬਣਾਉਣਾ ਸਿੱਖਾਂਗੇ ਆਓ ਸਿੱਖੀਏ ਇਸ ਤੇ ਲਈ ਸਾਨੂੰ ਕੁਝ ਸਮਗਰੀ ਦੀ ਲੋੜ ਪਵੇਗੀ ਜਿਵੇਂ ਕਿ ਸਾਡੇ ਕੋਲ ਧਾਗਾ ਹੈ ਕਾਲੇ ਰੰਗ ਦਾ ਸਕੈਚ ਇਸ ਤਰ੍ਹਾਂ ਗੱਤਾ ਪੈਨਸਲ ਸਕੇਲ ਕੈਂਚੀ ਅਤੇ ਗੂੰਦ ਚੱਕਰ ਲਗਾਉਣ ਦੇ ਲਈ ਗਲਾਸ ਅਤੇ ਰੰਗਦਾਰ ਕਾਗਜ਼ ਜਿਨ੍ਹਾਂ ਨੂੰ ਅਸੀਂ ਬਣਾਈਆਂ ਹੋਈਆਂ ਆਕ੍ਰਿਤੀਆਂ ਦੇ ਉੱਤੇ ਚੜਾਵਾਂਗੇ ਬੇਟਾ ਅਸੀਂ ਗੱਤੇ ਦੇ ਉੱਪਰ ਆਕ੍ਰਿਤਿਆ ਜਿਵੇਂ ਕਿ ਆਇਤ ਵਰਗ ਤਿਕੋਣ ਅਤੇ ਚੱਕਰ ਪੈਨਸਲ ਨਾਲ ਬਣਾ ਲਿਆ ਹੈ ਹੁਣ ਅਸੀਂ ਗੱਤੇ ਉੱਪਰ ਉਕਰੀਆਂ ਆਕ੍ਰਿਤਿਆ ਨੂੰ ਕੈਂਚੀ ਦੀ ਮਦਦ ਦੇ ਨਾਲ ਕੱਟ ਲਿਆ ਹੈ ਪਿਆਰੇ ਬੱਚਿਓ ਕੈਂਚੀ ਚਲਾਉਣ ਦੇ ਲਈ ਤੁਸੀਂ ਵੱਡੇ ਭੈਣ ਭਰਾ ਦੀ ਮਦਦ ਲੈ ਸਕਦੇ ਹੋ ਹੁਣ ਅਸੀਂ ਇਹਨਾਂ ਉੱਤੇ ਰੰਗਦਾਰ ਕਾਗਜ਼ ਚੜਾਵਾਂਗੇ ਸਭ ਤੋਂ ਪਹਿਲਾਂ ਅਸੀਂ ਗੋਲ ਗੱਤੇ ਦੇ ਉੱਪਰ ਰੰਗਦਾਰ ਕਾਗਜ਼ ਚੜਾਵਾਂਗੇ ਜਿਸ ਨੂੰ ਚੜਾਉਣ ਦੇ ਲਈ ਅਸੀਂ ਗੱਤੇ ਦੀ ਮਦਦ ਦੇ ਨਾਲ ਰੰਗਦਾਰ ਕਾਗਜ਼ ਉੱਪਰ ਗੋਲਾ ਲਗਾ ਲੈਣਾ ਹੈ ਹੁਣ ਲੱਗੇ ਹੋਏ ਗੋਲੇ ਤੋਂ ਕੁਝ ਦੂਰੀ ਦੇ ਉੱਤੇ ਅਸੀਂ ਨਿਸ਼ਾਨ ਲਗਾ ਲੈਣਾ ਹੈ ਅਸੀਂ ਗੋਲੇ ਤੋਂ ਕੁਝ ਵੱਧ ਕਾਗਜ਼ ਨੂੰ ਕੱਟਣਾ ਹੈ ਕੈਂਚੀ ਦੀ ਮਦਦ ਦੇ ਨਾਲ ਇਸ ਤਰ੍ਹਾਂ ਪਿਆਰੇ ਬੱਚਿਓ ਇਸੇ ਤਰ੍ਹਾਂ ਅਸੀਂ ਚੱਕਰ ਵਰਗ ਅਤੇ ਆਇਤ ਨੂੰ ਕੱਟ ਲਿਆ ਹੈ ਤੇ ਹੁਣ ਵਾਰੀ ਹੈ ਤਿਕੋਣ ਨੂੰ ਕੱਟਣ ਦੀ ਤਿਕੋਣ ਨੂੰ ਵੀ ਅਸੀਂ ਕੁਝ ਇਸੇ ਤਰ੍ਹਾਂ ਰੰਗਦਾਰ ਕਾਗਜ਼ ਨੂੰ ਕੁਝ ਵੱਡਾ ਰੱਖ ਕੇ ਕਟਾਂਗੇ ਹੁਣ ਅਸੀਂ ਕੱਟੇ ਹੋਏ ਰੰਗਦਾਰ ਕਾਗਜ਼ ਨੂੰ ਗੱਤੇ ਦੇ ਉੱਪਰ ਚਿਪਕਾਉਣਾ ਹੈ ਗੂੰਦ ਦੀ ਮਦਦ ਦੇ ਨਾਲ ਅਸੀਂ ਚੰਗੀ ਤਰ੍ਹਾਂ ਗੱਤੇ ਉੱਪਰ ਗੂੰਦ ਲਗਾ ਲੈਣੀ ਹੈ ਅਤੇ ਰੰਗਦਾਰ ਕਾਗਜ਼ ਦੇ ਉੱਪਰ ਰੱਖ ਦੇਣਾ ਹੈ ਅਤੇ ਕੈਂਚੀ ਦੀ ਮਦਦ ਦੇ ਨਾਲ ਵੱਧ ਕੱਟੇ ਹੋਏ ਕਾਗਜ਼ ਉੱਪਰ ਛੋਟੇ-ਛੋਟੇ ਕੱਟ ਲਗਾ ਦੇਣੇ ਹਨ ਹੁਣ ਅਸੀਂ ਵੱਧੇ ਹੋਏ ਕਾਗਜ਼ ਦੇ ਉੱਪਰ ਵੀ ਗੂੰਦ ਲਗਾਵਾਂਗੇ ਅਤੇ ਹੌਲੀ-ਹੌਲੀ ਅਸੀਂ ਵਧੇ ਹੋਏ ਕਾਗਜ਼ ਨੂੰ ਹੌਲੀ-ਹੌਲੀ 모ੜਦੇ ਜਾਵਾਂਗੇ ਇਸ ਤਰ੍ਹਾਂ ਕਰਨ ਨਾਲ ਸਾਡੇ ਗੋਲ ਗੱਤੇ ਉੱਪਰ ਰੰਗਦਾਰ ਕਾਗਜ਼ ਚੜ ਗਿਆ ਹੈ ਦੀ ਮਦਦ ਦੇ ਨਾਲ ਅਸੀਂ ਆਇਤ ਦੇ ਉੱਤੇ ਵੀ ਇਸ ਤਰ੍ਹਾਂ ਕਾਗਜ਼ ਨੂੰ 모ੜ ਕੇ ਚੜਾ ਲੈਣਾ ਹੈ ਤਿਆਰ ਹਨ ਸਾਡੀਆਂ ਚਾਰੋਂ ਆਕ੍ਰਿਤਿਆ ਜਿਸ ਤੋਂ ਅਸੀਂ ਲਟਕਣ ਬਣਾਉਣਾ ਸੀ ਹੁਣ ਵਾਰੀ ਹੈ ਧਾਗੇ ਦੀ ਅਸੀਂ ਧਾਗੇ ਨੂੰ ਇੱਕ ਕਾਗਜ਼ ਦੀ ਮਦਦ ਦੇ ਨਾਲ ਗੂੰਦ ਲਗਾ ਕੇ ਇਸ ਤਰ੍ਹਾਂ ਲਗਾਉਣਾ ਹੈ ਕਿ ਚੰਗੀ ਤਰ੍ਹਾਂ ਗੋਲੇ ਅਤੇ ਕਾਗਜ਼ ਦੇ ਵਿੱਚਕਾਰ ਆ ਜਾਵੇਗਾ ਪਿਆਰੇ ਬੱਚਿਓ ਅਸੀਂ ਧਾਗੇ ਨੂੰ ਸਾਰੀਆਂ ਆਕ੍ਰਿਤੀਆਂ ਦੇ ਨਾਲ ਕਾਗਜ਼ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਚਿਪਕਾ ਲਿਆ ਹੈ ਵਰਗ ਦੇ ਵੱਲ ਵਧੇ ਹੋਏ ਫालतू ਧਾਗੇ ਨੂੰ ਅਸੀਂ ਕੈਂਚੀ ਦੀ ਮਦਦ ਨਾਲ ਕੱਟ ਲੈਣਾ ਹੈ ਅੱਖਾਂ ਬਣਾਉਣ ਦੇ ਲਈ ਅਸੀਂ ਕਾਲੇ ਰੰਗ ਦਾ ਕਾਗਜ਼ ਦਾ ਟੁਕੜਾ ਲਵਾਂਗੇ ਉਸ ਨੂੰ ਇਸ ਤਰ੍ਹਾਂ 모ੜ ਲੈਣਾ ਹੈ ਅਤੇ ਫਿਰ ਪੈਨਸਲ ਦੀ ਮਦਦ ਦੇ ਨਾਲ ਇੱਕ ਛੋਟਾ ਜਿਹਾ ਗੋਲਾ ਬਣਾ ਲੈਣਾ ਹੈ ਗੋਲਾ ਬਣਾਉਣ ਦੇ ਉਪਰੰਤ ਅਸੀਂ ਕੈਂਚੀ ਦੀ ਮਦਦ ਦੇ ਨਾਲ ਇਸ ਨੂੰ ਕੱਟਣਾ ਹੈ ਅਸੀਂ ਇੱਕ ਗੋਲਾ ਬਣਾਇਆ ਹੈ ਪਰ ਸਾਨੂੰ ਕੱਟਣ ਤੋਂ ਬਾਅਦ ਦੋ ਗੋਲੇ ਮਿਲ ਜਾਣਗੇ ਕੈਂਚਤ ਦੇ ਨਾਲ ਹੌਲੀ-ਹੌਲੀ ਕੱਟਦੇ ਹੋਏ ਪਿਆਰੇ ਬੱਚਿਓ ਦੇਖੋ ਸਾਨੂੰ ਛੋਟੀਆਂ-ਛੋਟੀਆਂ ਦੋ ਅੱਖਾਂ ਮਿਲ ਗਈਆਂ ਹਨ ਇਹਨਾਂ ਅੱਖਾਂ ਨੂੰ ਹੁਣ ਅਸੀਂ ਗੋਨ ਦੀ ਮਦਦ ਦੇ ਨਾਲ ਚਿਪਕਾ ਦੇਣਾ ਹੈ ਤਾਂ ਪਿਆਰੇ ਬੱਚਿਓ ਇੱਕ ਰਹਿ ਗਿਆ ਇਸ ਦਾ ਨੱਕ ਤੇ ਨੱਕ ਬਣਾਉਣ ਦੇ ਲਈ ਅਸੀਂ ਪੀਲੇ ਰੰਗ ਦੀ ਤਿਕੋਣ ਬਣਾਵਾਂਗੇ ਛੋਟੀ ਜਿਹੀ ਅਤੇ ਚਿਪਕਾ ਦੇਵਾਂਗੇ ਹੁਣ ਅਸੀਂ ਕੇਚ ਦੀ ਮਦਦ ਦੇ ਨਾਲ ਇਸ ਦੀ ਸਮਾਈਲ ਬਣਾਵਾਂਗੇ ਵਾਹ ਜੀ ਵਾਹ ਇਹ ਤਾਂ ਹੂ ਬਹੁ ਸਾਡੀ ਕਿਤਾਬ ਵਾਲੇ ਲਟਕਣ ਦੀ ਤਰ੍ਹਾਂ ਬਣ ਗਿਆ ਹੈ ਜਿਸ ਦੇ ਵਿੱਚ ਚੱਕਰ ਤਿਕੋਣ ਆਇਤ ਅਤੇ ਵਰਗ ਚਾਰੋਂ ਆਕ੍ਰਿਤੀਆਂ ਹਨ ਪਿਆਰੇ ਬੱਚਿਓ ਉਮੀਦ ਹੈ ਅੱਜ ਤੁਸੀਂ ਆਕ੍ਰਿਤੀਆਂ ਦੇ ਮੇਲ ਤੋਂ ਲਟਕਣ ਬਣਾਉਣਾ ਸਿੱਖ ਲਿਆ ਹੈ ਤੇ ਹੁਣ ਤੁਸੀਂ ਇਸ ਤਰ੍ਹਾਂ ਦੇ ਆਕ੍ਰਿਤੀਆਂ ਬਣਾ ਕੇ ਘਰ ਵਿੱਚ ਲਟਕਣ ਬਣਾਓਗੇ ਅਤੇ ਆਪਣੇ ਕਮਰੇ ਨੂੰ ਸਜਾਓਗੇ। ਧੰਨਵਾਦ।